ਬਠਿੰਡਾ ਜੇਲ੍ਹ ਦੇ ਸੁਪਰਡੈਂਟ ਨੇ ਹਸਪਤਾਲ ਤੋਂ ਪੰਗੂ ਦੇ ਇਲਾਜ ਦੀ ਸਟੇਟਸ ਰਿਪੋਰਟ ਮੰਗ ਲਈ ਹੈ ਜਿਸ ਦੇ ਕਾਰਨ ਪਰਲਸ ਗਰੁੱਪ ਦੇ ਮਾਲਕ ਨਿਰਮਲ ਸਿੰਘ ਪੰਗੂ ਨੇ ਮੂੜ ਹਸਪਤਾਲ ਦੇ ਵਿੱਚ ਡੇਰੇ ਲਗਾ ਲਏ ਨੇ। ਪੰਗੂ ਪਿਛਲੇ 1 ਮਹੀਨੇ ਤੋਂ ਇਲਾਜ ਦੇ ਲਈ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਨੇ ਜਿੱਥੇ 5 ਪੁਲਿਸ ਮੁਲਾਜ਼ਮਾਂ ਦੀ ਗਾਰਦ ਵੀ ਤਾਇਨਾਤ ਹੈ। ਜਾਣਕਾਰੀ ਅਨੁਸਾਰ ਪੰਗੂ ਦਿਲ ਅਤੇ ਸ਼ੂਗਰ ਦੀ ਬਿਮਾਰੀ ਦਾ ਮਰੀਜ਼ ਹੈ। ਬਠਿੰਡਾ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਪਰਲਸ ਦੇ ਮੁਖੀ ਦੀ ਸਟੇਟਸ ਰਿਪੋਰਟ ਮੰਗ ਲਈ ਗਈ ਹੈ ਜੋ ਕਿ ਭਲਕੇ ਆਉਣ ਦੀ ਸੰਭਾਵਨਾ ਹੈ।